ਦਰਿਆ ਬਿਆਸ ਦੇ ਪੈਂਦੇ ਪਿੰਡ ਖੇਤਰ ਦੇ ਪਿੰਡ ਸਫਦਲਪੁਰ ਵਿਖੇ ਬੀਤੇ 50 ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਮਾਲਕੀ ਖੇਤੀ ਕਰਦੇ ਆ ਰਹੇ ਕਿਸਾਨਾਂ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਜ਼ਮੀਨ ਦੀ ਮਾਲਕੀ ਦੀ ਗਿਰਦਾਵਰੀ ਨਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰੀ ਦੇ ਚੱਲਦਿਆਂ 10 ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਵੱਲੋਂ ਜ਼ਮੀਨ ਸਫਦਲਪੁਰ ਸੰਬੰਧੀ ਰਾਹ ਕੱਢਣ ਦੇ ਹੁਕਮ ਦਿੱਤੇ ਸਨ ਤੇ ਮਾਲ ਰਿਕਾਰਡ ਵਿੱਚ ਗਿਰਦਾਵਰੀ ਕਬਜ਼ੇ ਨੂੰ ਲੈ ਕੇ ਕਬਜ਼ਾਕਾਰਾਂ ਦੇ ਨਾਂ ਤੇ ਕਰਨ ਵਾਸਤੇ ਹੁਕਮ ਦਿੱਤੇ ਸਨ, ਪਰ 10 ਮਹੀਨੇ ਬੀਤ ਜਾਣ ਦੇ ਬਾਵਜੂਦ ਅਸੀਂ ਵਿਭਾਗ ਦੀ ਕਥਿਤ ਤੌਰ ਤੇ ਢਿੱਲ ਮੱਠ ਦੀ ਕਾਰਵਾਈ ਤੋਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਲਈ ਉਹਨਾਂ ਨੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਮਾਲ ਵਿਭਾਗ ਨੂੰ ਕੋਈ ਵੀ ਫਰਿਆਦ ਕਰ ਚੁੱਕੇ ਹਾਂ, ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਤੇ ਕਿਸਾਨਾਂ ਦਾ ਕਹਿਣਾ ਕਿ ਉਕਤ ਹਾਲਾਤ ਨੂੰ ਮੁੱਖ ਰੱਖਦਿਆਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਸਫਦਲਪੁਰ ਦੀ ਜ਼ਮੀਨ ਦਰਿਆ ਬਿਆਸ ਕੰਢੇ ਨਿਸ਼ਾਨਦੇਹੀ ਰਸਤੇ ਚਾਲੂ ਕੀਤੇ ਜਾਣ ਤੇ ਉਹਨਾਂ ਦੇ ਕਬਜ਼ੇ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਨਾਂ ਤੇ ਗਿਰਦਾਵਰੀ ਕਰਨ ਦਾ ਹੁਕਮ ਦਿੱਤਾ ਜਾਵੇ। ਅਸੀਂ 12 'ਚ ਡਾਇਰੈਕਟਰ ਇੰਸਪੈਕਟਰ ਦੇ ਕੇਸ ਵੀ ਪਾਇਆ, ਇਹਨਾਂ ਕੁਛ ਨਹੀਂ ਕੀਤਾ। 2000 'ਚ ਫਿਰ ਪਾਇਆ, ਇਹਨਾਂ ਆਰਡਰ ਆਏ ਤੇ ਇਹਨਾਂ ਸੂਜੋ ਕਾਲੀਏ ਤੋਂ ਰਿਪੋਰਟ ਗਲਤ ਕਰਾ ਕੇ ਫਿਰ ਦੇ ਦਿੱਤੀ। ਦੂਜੀ ਵਾਰੀ ਫਿਰ ਹਾਈਕੋਰਟ ਰਿੱਟ ਪਾਈ, ਇਹਨਾਂ ਲਿਖ ਕੇ ਘੱਲਤਾ। ਤੀਜੀ ਵਾਰੀ ਫਿਰ ਪਾਈ 2004 'ਚ 2018 'ਚ ਪਾਈ ਆ, ਔਰ ਇਹਨਾਂ ਨਿਸ਼ਾਨ ਦਈਆਂ ਸੰਗਾਰਾਂ ਹੋ ਕਨਕੋ ਨੇ ਅਤੇ ਬਖਸ਼ੀਸ ਇਹਨੇ ਕੀਤੀਆਂ। 2 ਬੰਦੇ ਕੰਮ ਕਰਦੇ ਰਹੇ ਆ, 8-9 ਬੰਦੇ ਜਾਂਦੇ ਰਹੇ ਆ, ਕਿਸੇ ਨੇ ਸਾਨੂੰ ਨਾਲ ਕੋਈ ਨਹੀਂ ਤੁਰਿਆ। ਫਿਰ ਆਉਂਦੇ ਸਾਡੇ ਕੋਲ ਹੈ ਨਹੀਂ ਕੋਈ ਸਬੂਤ, ਦੁਬਾਰੇ ਫਿਰ ਅਰਜੀ ਕੀਤੀ 10-3 ਨੂੰ, ਉਹ ਰਾਹ ਦੇ ਆਰਡਰ ਹੋ ਗਏ, ਗਰਦੌਰੀ ਦੇ ਹੋ ਗਏ ਅਤੇ ਡਾਇਰੈਕਟਰ ਇੰਸਪੈਕਟਰ ਦੇ ਅਸੀਂ 4-5 ਵਾਰੀ ਗਏ ਹਾਂ। ਮੋਹਨ ਚੰਦਰ ਤਹਿਸੀਲਦਾਰ ਨੈਬ ਸਾਹਿਬ ਕੋਲ ਵੀ ਆਏ ਹਾਂ, ਉਹ ਆਉਂਦਾ ਮੇਰੇ ਦਾਅਵੇ ਪਾਓ। ਇਹ ਹਾਈਕੋਰਟ ਨੂੰ ਵੱਡੇ ਆ ਵੀ ਇਹਨਾਂ ਦੇ ਅਸੀਂ ਦਾਅਵੇ ਪਾਈਏ, ਇਹਨਾਂ ਨੇ ਆਪਦਾ ਕੰਮ ਗਲਤ ਕੀਤੇ ਆ। ਅਤੇ ਹਾਈਕੋਰਟ ਨੇ ਕੀ ਆਦੇਸ਼ ਦਿੱਤੇ? ਹਾਈਕੋਰਟ ਨੇ ਪਹਿਲਾਂ ਤਾਂ ਆਖਿਆ ਵੀ ਨਿਸ਼ਾਨ ਦੇ ਕੀਤੇ ਕਬਜ਼ਾ ਵਾਲੇ ਦਾ ਪਿੰਡ ਬਣਾਇਆ ਜਾਵੇ, ਜਿੱਥੇ ਕਬਜ਼ਾ ਉੱਥੇ ਇਹਨਾਂ ਪਾਈ ਦਿੱਤੀ ਜਾਵੇ। ਇਹ ਕਹਿੰਦੇ ਕੁਛ ਨਹੀਂ ਲਿਖਿਆ, ਦੁਬਾਰੇ ਮੈਂ ਫਿਰ ਅਰਜੀ ਪਾਈ ਆ, ਉਹ ਰਾਹ ਦੀ ਉਹਨਾਂ ਕਲੈਕਸ਼ਨ ਕੀਤੀ ਜਾਵੇ, ਨਾ ਨਾ ਇਹ ਤਾਂ ਰਾਹ ਹੀ ਪਾਏ ਆ, ਨਾ ਨਾ ਕੋਈ ਕਿੱਲਾਬੰਦੀ ਕੀਤੀ ਆ। ਅਤੇ 8-10 ਬੰਦਿਆਂ ਦੀ ਡਿਊਟੀ ਲੱਗਦੀ ਰਹੀ ਆ, ਇੱਥੇ ਪਾਲਾ ਹੋ ਕਨਕੋ ਆ, ਉਹ ਆਉਂਦਾ ਮੈਂ ਬਰਮਾ ਬੰਦਾ, ਮੈਨੂੰ ਕਿਉਂ ਨਾ ਗੁਰਮੀਤ ਤਹਿਸੀਲਦਾਰ ਨੇ ਫਸਣਾ, ਮੈਨੂੰ ਕੀ ਹੋਣਾ ਵਾ। ਮੇਰਾ ਨਾਂ ਜੀ ਰਜਿੰਦਰ ਸਿੰਘ, ਅਸੀਂ ਪਿੰਡ ਸਫਦਲਪੁਰ ਦੇ ਵਿੱਚ ਰਹਿੰਦੇ ਹਾਂ ਜੀ 40 ਸਾਲ ਤੋਂ। 40 ਸਾਲ ਦੀ ਅਸੀਂ ਆਪਣੀ ਪੈਲੀ ਵਾਹੁੰਦੇ ਬੀਜਦੇ ਹਾਂ, ਪਰ 40 ਸਾਲ ਤੋਂ ਲੈ ਕੇ ਹੁਣ ਤੱਕ ਸਾਨੂੰ ਨਾ ਮਹਿਕਮੇ ਨੇ ਪੈਲੀ ਬਾਰੇ ਸਾਨੂੰ ਕੁਛ ਨਹੀਂ ਦੱਸ ਰਿਹਾ, ਨਾ ਸਾਨੂੰ ਦੱਸਿਆ। ਅਸੀਂ ਇਹਨਾਂ ਦੇ ਕੋਲ ਮਿੰਨਤਾਂ ਕਰ ਕਰਕੇ ਅਸੀਂ ਦੁਬਾਰਾ ਹਾਈਕੋਰਟ ਪਹੁੰਚੇ ਹਾਂ। ਹਾਈਕੋਰਟ ਜਾ ਕੇ ਸਾਡਾ ਕੇਸ 2 ਵਾਰਾਂ ਹੱਲ ਹੋਇਆ ਵਾ, ਅਤੇ 2 ਵਾਰਾਂ ਸਾਨੂੰ ਮਹਿਕਮੇ ਨੇ ਕੋਈ ਗਰਦੌਰੀ ਨਹੀਂ ਕਰਕੇ ਦਿੰਦਾ, ਨਾ ਸਾਡੇ ਪਿੰਡ 'ਚ ਰਸਤੇ ਪਾਏ ਆ, ਅਤੇ ਅਫਸਰਸ਼ਾਹੀ ਇੱਥੇ ਕੋਈ ਕੰਮ ਨਹੀਂ ਕਰ ਰਹੀ। ਅਤੇ ਸਾਡਾ ਬਹੁਤ ਜ਼ਿਆਦਾ ਇਹਨਾਂ ਨੇ ਮਜ਼ਾਕ ਉਡਾਇਆ ਵਾ ਹਾਈਕੋਰਟ ਜਾਣ 'ਤੇ, ਕਿ ਇਹਨਾਂ ਨੇ ਸਾਨੂੰ ਕੁਛ ਨਹੀਂ ਸਵਾਰ ਕੇ ਦਿੱਤਾ। ਅਸੀਂ ਗੌਰਮੈਂਟ ਤੋਂ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੇ ਕਬਜ਼ੇ ਬਹਾਲ ਕੀਤੇ ਜਾਣ, ਜਿਸ ਤਰ੍ਹਾਂ ਹਾਈਕੋਰਟ ਨੇ ਲਿਖਿਆ ਸਾਡੇ ਕਬਜ਼ੇ ਬਹਾਲ ਕਰਕੇ ਅਤੇ ਸਾਨੂੰ ਪੈਲੀਆਂ ਦਾ ਮਾਲਕ ਬਣਾਇਆ ਜਾਵੇ। ਅਤੇ ਬਹੁਤ ਬਹੁਤ ਗੌਰਮੈਂਟ ਦੇ ਅਸੀਂ ਧੰਨਵਾਦੀ ਹੋਵਾਂਗੇ, ਅਸੀਂ ਗੌਰਮੈਂਟ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਕਬਜ਼ੇ ਬਹਾਲ ਕਰਕੇ ਸਾਡੇ, ਜਿੱਦਾਂ ਹਾਈਕੋਰਟ ਨੇ ਸਾਨੂੰ ਲਿਖ ਕੇ ਦਿੱਤਾ ਸਾਡੇ ਕਬਜ਼ੇ ਬਹਾਲ, ਸਾਡੇ ਰਸਤੇ ਪੈ ਜਾਣ। ਇਹਨਾਂ ਨੇ ਇੱਥੇ ਸਾਡਾ ਕੁਛ ਨਹੀਂ ਸਵਾਰਿਆ। ਅਤੇ ਪਰ 2 ਦਿਨ ਪਹਿਲਾਂ ਮੈਂ ਮੈਡਮ ਕੋਲ ਆਇਆ ਸੀ, ਸੀਮਾ ਕੋਲ, ਤਹਿਸੀਲਦਾਰ ਕੋਲ, ਇਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਇਹ ਆਉਂਦੀ ਵੀ ਐਰਕੀ ਦੀ ਤਰੀਕ ਦੇ ਉੱਤੇ ਵੇਖੀ ਜਾਊਗੀ, ਤੁਸੀਂ ਵੀ ਜਾਣਾ, ਅਸੀਂ ਵੀ ਜਾਣਾ, ਜੋ ਹੋਊਗਾ ਉਹ ਵੇਖ ਲਾਂਗੇ। ਅਤੇ ਸਾਨੂੰ ਗਰਦੌਰੀਆਂ ਕਰਨ ਵਾਸਤੇ, ਰਸਤੇ ਪਾਉਣ ਵਾਸਤੇ ਕੋਈ ਰਹਿ ਨਹੀਂ ਪਾਇਆ ਕਿ ਤੁਹਾਡੇ ਰਸਤੇ ਪੈ ਜਾਣਗੇ ਜਾਂ ਤੁਹਾਡੀਆਂ ਗਰਦੌਰੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ। ਇਹ ਅਫਸਰਸ਼ਾਹੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਆ ਪਿੰਡ ਸਫਦਲਪੁਰ ਦੇ ਵਸਨੀਕਾਂ ਨੂੰ। ਹਾਈਕੋਰਟ ਦੇ ਆਰਡਰ ਨਿਸ਼ਾਨਦੇਹੀ ਦੇ, ਅਸੀਂ ਨਿਸ਼ਾਨਦੇਹੀ ਹੋ ਚੁੱਕੀ ਹਾਂ। ਸਰ, ਉਹ ਕਹਿੰਦੇ ਵੀ ਗਰਦੌਰੀਆਂ ਬਾਰੇ ਦੱਸ ਰਹੇ ਸੀ। ਇਹ ਗਰਦਾਵਰੀ ਜਿਹੜੀ ਉਹਨਾਂ ਦੀ ਆਪਣੀ ਮਾਲਕੀ ਹੈ, ਉਹ ਤੇ ਐਜ਼ ਪਰ
ਅਲੋਟਮੈਂਟ ਰੂਲ ਜਿਹੜੇ ਉਹਨਾਂ ਨੂੰ ਨੰਬਰ ਅਲੋਟ ਹੋਏ ਤਾਂ ਗਰਦਾਵਰੀ ਉਹਨਾਂ ਦੇ ਨਾਮ ਸੀ ਤਾਂ ਤਦੇ ਅਲੋਟਮੈਂਟ ਹੋਈ ਜਵਾਬ ਹੀ ਬਣਾਉਣ ਲਈ ਰੱਖੀ ਹੋਈ ਹੋ ਚੁੱਕੀ ਹੈ।